ਆਹ ਦੇਖੋ ਜੀ ਨਾਦਰੀ ਦੇ ਫਾਈਨਲ ਤਾਂ ਖੀਰੇ ਪੁੱਤਰ ਆ ਤੇ ਕੋਈ ਸਹੀ ਆ ਕਹਿੰਦਾ ਕੋਈ ਸਰ ਜੀ ਪਕੜੇ ਨਾ ਤੱਕੋ ਆਹ ਦੇਖੋ ਜੀ ਨਾਦਰੀ ਸਮੇਂ ਸਮੇਂ ਗੋਇਸ ਪਾਈ ਰਿਹਾ ਬੜੀ ਗੱਲ ਹੈ ਜੀ ਤੇ ਮੈਂ ਬਾਈ ਜੀ ਮੈਂ ਸੁੱਕਾ ਬੁਣਾ ਗੋਸ਼ਤ ਤੇ ਖਾਸਾ ਤੇ ਅੱਜ ਮਜ਼ਾ ਆਇਆ ਸੀ ਦੋਸਤੋ ਜਿਹੜੇ ਖੜਿਆ ਸੀ ਉਸਨੇ ਲੱਭੀ ਗਿਆ ਨਾ ਬੜਾ ਅੱਛਾ ਗੋਸ਼ਤ ਹੈ ਤੁਸੀਂ ਕਹਿ ਸਕਦੇ ਹੋ ਸੁੱਕਾ ਬੁਣਾ ਗੋਸ਼ਤ ਖਾਣ ਵਾਲਾ ਗੋਸ਼ਤ ਹੈ ਤੇ ਇਸ ਵਕਤ ਤੇ ਬਤਾ ਸ਼ਾਮ ਦਾ ਟਾਈਮ ਹੈ ਖਾਤੇ ਪੀਤੇ ਹੈ ਤੋ ਖੀਰੇ ਵੀ ਕੁਤਰੇ ਹੋਏ ਹੈ ਦੇਖ ਸਕਦੇ ਹੋ ਨਾਜ਼ਰੀਨ ਸਾਹਮਣੇ ਸਾਹਮਣੇ ਫਿਰ ਜ਼ਿਆਦਾ ਦਿਓ ਨਾ ਹੈ ਫਿਰ ਜ਼ਿਆਦਾ ਦਿਓ ਤਾਂ ਕਿਹੜਾ ਅਗਰ ਬਲੇਡ ਕੰਟਰੋਲ ਖਤਮ ਹੁੰਦੀ ਬੋਡੀ ਨਹੀਂ ਲੱਗਣੀ ਵਿੱਚੋਂ ਬੋਟੀਆਂ ਦੇ ਬਰਾਬਰ ਹੀ ਨਿਸਤਾਜ ਬਰਾਡ ਇਹ ਸੁੱਕਾ ਬੁਣਾ ਸਾਰਿਆਂ ਨੇ ਵੇਖ ਲੈ ਕਿਹੜਾ ਕਿੰਨ ਸੌ ਇਹ ਕਿੰਨ ਸੌ ਕਿੰਨ ਸੌ ਬੋਟੀਆਂ ਬਾਈ ਤਕਸੀਮ ਕਰਾਂ ਫਿਰ ਉਹ ਜੀ ਸਾਰਾ ਕਿਆ ਜੀ ਕਿਆ ਕਿੰਨ ਸੇ ਕਿਆ ਜੀ ਹੈ ਬਾਈ ਸ਼ੁਰੂ ਜੀ ਜਿਹੜਾ ਬਣਿਆ ਨਾਦੀ ਨਾ ਦੱਬੋ ਜੀ ਨਾਦੀ ਬਲੇਡ ਭਰ ਗਈ ਆ ਮੇਰੇ ਨਹੀਂ ਬਿਲੀਆਂ ਥੱਪੀਆਂ ਥੋੜ੍ਹਾ ਇਹ ਸੁੱਕਾ ਭੁੰਨਾ ਹੋਈ ਗਿਆ ਨਾ ਪੇਟ ਭਰਦਾ ਸੀ ਨਾ ਇਹ ਲੈ ਸਾਰੀ ਗੱਲ ਪੇਟਿਆ ਨਹੀਂ ਉਸਤਾਦ ਜੀ ਪਾਣੀ ਭਰੂ ਭਾਈ ਨਾ ਸਾਰੀ ਗੱਲ ਪੇਟਿਆ ਨਹੀਂ ਇਹ ਲੈ ਐਤ ਕੋ ਫਾਈਨਲ ਆਈ ਹੈ ਜੀ ਖੀਰੇ ਸ਼ੀਰੇ ਆਈ ਹੈ ਰੋਟੀ ਵੀ ਦੱਸੋ ਜੀ ਉਸਤਾਦ ਜੀ ਐਤ ਕੋ ਜੀ ਰੋਟੀ ਤੁਸੀਂ ਦੱਸਣੀ ਹੈ ਰੋਟੀ ਆਈ ਗਈ ਹੈ ਅਤੇ ਮਾਸ਼ਾਅੱਲਾ ਮੁਕੰਮਲ ਖੀਰੇ ਕੁਤਰਨਗੀਆਂ ਹੈ ਰੋਟੀ ਘਰ ਦੇਸੀ ਹੈ ਉਹ ਆਟਾ ਜਿਹਾ ਦਿੱਤਾ ਸੀ ਮਾਸ਼ਾਅੱਲਾ ਉਹ ਆਟਾ ਜਿਹੜਾ ਘਰ ਦਿੱਤਾ ਸੀ ਅਸੀਂ ਚੱਕਰਾਉਣੀ ਹੈ ਰੋਟੀ ਮਾਸ਼ਾਅੱਲਾ ਤੇ ਕੋਈ ਕਣਕ ਰੋਟੀ ਦੇਸੀ ਘਰਾਂ ਨਹੀਂ ਕਿਤਨੀ ਸੋਹਣੀ ਰੋਟੀ ਹੈ ਮਾਸ਼ਾਅੱਲਾ ਪੱਕੀ ਵੀ ਹੈ ਅੱਜ ਖਾਸਾ ਪਕੜੇ ਨਾ ਗੋਸ਼ਤ ਸੁੱਕਾ ਭੁੰਨਾ ਚੱਕਰ ਸਾਰੇ ਮਾਸ਼ਾਅੱਲਾ ਕਿਤਨਾ ਪਿਆਰਾ ਗੋਸ਼ਤ ਹੈ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਦੇਖ ਸਕਦੇ ਹੋ ਨਾਜ਼ਰੀਨ ਜੈਸੇ ਕਿ ਅੱਜ ਉੱਠੇ ਹਾਂ ਪਤਾ ਨਹੀਂ ਕਿੰਨਾ ਟਾਈਮ ਹੈ ਜਬ ਦੋ ਟਾਈਮ ਕਿ ਪਤਾ ਨਹੀਂ ਤਾਂ ਬਾਰਿਸ਼ ਹੋ ਰਹੀ ਸੀ ਮਾਸ਼ਾਅੱਲਾ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਅੱਜ ਕੱਲ੍ਹ ਵਾਲਾ ਬਲੋਕ ਉਸਦੇ ਪਤਾ ਬਾਹਰ ਤਾਂ ਜਾਣ ਨਹੀਂ ਹੋਣਾ ਇਤਨੀ ਬਾਰਿਸ਼ ਹੈ ਕਿਹੜਾ ਬੰਦਾ ਤਾਂ ਤੱਕੀ ਸਕਦੇ ਇਸ ਵਕਤ ਕਾਫੀ ਬੂਟੇ ਮੈਂ ਪਾਣੀ ਇਕੱਠਾ ਹੋ ਗਿਆ ਇਹ ਦੇਖੋ ਮਾਸ਼ਾਅੱਲਾ ਕਿਤਨਾ ਸੋਹਣਾ ਅੱਲਾ ਜੀ ਨੂੰ ਬਾਜ ਦਿੱਤੀ ਹੈ ਕਿਤਨਾ ਪਿਆਰਾ ਮਾਸ਼ਾਅੱਲਾ ਫੁੱਲ ਲਿਖ ਰਹੇ ਨੇ ਤਾਂ ਕਿਤਨੀ ਖੂਬਸੂਰਤ ਬਾਰਿਸ਼ ਹੋ ਰਹੀ ਹੈ ਨਿੱਕੀ ਨਿੱਕੀ ਬਾਰਿਸ਼ ਹੈ ਬੜਾ ਪਿਆਰਾ ਮੌਸਮ ਹੈ ਮਾਸ਼ਾਅੱਲਾ ਤੱਕੀ ਸਕਦੇ ਹੋ ਤੇਜ਼ ਬਾਰਿਸ਼ ਹੋ ਰਹੀ ਹੈ ਤੇਜ਼ ਰਫਤਾਰ ਬਾਰਿਸ਼ ਹੈ ਤਾਂ ਜੈਸੇ ਕਿ ਮਾਸ਼ਾਅੱਲਾ ਉੱਥੇ ਪਤਾ ਖੁਦਾ ਹੀ ਨਿਜ਼ਾਮ ਹੋਣਾ ਅੱਲਾ ਜੀ ਉਹ ਦਿੱਤੇ ਹੈ ਬਾਰਿਸ਼ ਮਾਸ਼ਾਅੱਲਾ ਹਰ ਚੀਜ਼ ਉੱਥੇ ਪਤਾ ਫਲ ਰਹੀ ਹੈ ਇਸਲੈ ਹਰ ਚੀਜ਼ ਮਾਸ਼ਾਅੱਲਾ ਤੱਕੋ ਕਿਤੇ ਖੂਬਸੂਰਤ ਲੱਗ ਰਹੀ ਹੈ ਮਾਲਟੇ ਵੀ ਤੱਕੋ ਦੇਖੋ ਨਾਜ਼ਰੀਨ ਕਿ ਸਾਹਮਣੇ ਸਾਹਮਣੇ ਕਿਤੇ ਮੋਟੇ ਲੱਗ ਰਹੇ ਕਿਤਨੀ ਖੂਬਸੂਰਤ ਮਾਸ਼ਾਅੱਲਾ ਇਸ ਵਕਤ ਬਾਰਿਸ਼ ਹੋ ਰਹੀ ਹੈ ਤੱਕੋ ਜੀ ਹਰ ਬੂਟੇ ਮੈਂ ਪਾਣੀ ਪਾਣੀ ਹਰ ਇਹ ਬਿੱਲੀ ਦੇਖੋ ਮਾਸ਼ਾਅੱਲਾ ਦੀਵਾਰ ਕੇ ਉੱਪਰ ਚੜੀ ਹੋਈ ਹੈ ਬਿੱਲਾ ਆਪ ਦੇਖ ਸਕਦੇ ਹੋ ਨਾਜ਼ਰੀਨ ਇਸ ਵਕਤ ਕਿਤਨਾ ਪਾਣੀ ਪਾਣੀ ਹੋ ਗਿਆ ਬੇੜੇ ਮੈਂ ਇੱਧਰ ਸੇ ਨਾ ਨਾਂਗਾ ਜਾਤਾ ਹੈ ਨਾ ਟਾਪਾ ਜਾਤਾ ਹੈ ਬਹੁਤ ਬਾਰਿਸ਼ ਹੋ ਰਹੀ ਹੈ ਬਾਹਰ ਉੱਥੇ ਦਿਖਾਤੇ ਮੱਕਾਂ ਨੇ ਕੈਸੇ ਉਲਾਤਾ ਤਾਂ ਥੂਮ ਸ਼ੂਮ ਜਾਣੀ ਖਤਮ ਹੋ ਗਿਆ ਮੱਕਾ ਮਾਸ਼ਾਅੱਲਾ ਤੱਕ ਇਹ ਸੀਟਾਂ ਉੱਪਰ ਪਹੁੰਚੀ ਆ ਤਾਂ ਬੜਾ ਪਿਆਰਾ ਮੌਸਮ ਹੈ ਮਾਸ਼ਾਅੱਲਾ ਮੱਕਾਂ ਨੇ ਰੰਗ ਮੋੜਾ ਮੱਕਾਂ ਨੇ ਰੰਗ ਦੱਸਾ ਆ ਤਾਂ ਬੜੀ ਖੂਬਸੂਰਤ ਮੱਕਾਂ ਮਾਸ਼ਾਅੱਲਾ ਸਾਡੇ ਕਸ਼ਮੀਰ ਦੀਆਂ ਕਿਤਨੀ ਮਾਸ਼ਾਅੱਲਾ ਸੀ ਨਿੱਕੀ ਨਿੱਕੀ ਕਹਾਣੀਆਂ ਹੋ ਰਹੀਆਂ ਰਾਤ ਕੋ ਬੜੀ ਬਾਰਿਸ਼ ਹੋਈ ਹੈ ਤਾਂ ਤੱਕੋ ਮਾਸ਼ਾਅੱਲਾ ਕਿਤਨਾ ਪਿਆਰਾ ਇਲਾਕਾ ਆਪਕੋ ਕਲੋਥ ਕਾ ਦਸਤੇ ਹੈ ਉਹ ਪਾਰ ਧੁੰਦ ਪਈ ਹੋਈ ਆ ਉਹ ਪਾਰ ਕੋ ਆਪਕੋ ਨਜ਼ਰ ਆ ਰਿਹਾ ਏਰੀਆ ਤਾਂ ਕਿਤਨਾ ਨੱਕਾ ਸੋਹਣਾ ਲੱਗਦਾ ਹੈ ਪਾਰ ਮਾਸ਼ਾਅੱਲਾ ਏਰੀਆ ਦੇਖੋ ਕਿਤਨੀ ਸੋਹਣੀ ਜਗ੍ਹਾ ਕਿਤਨੀ ਸੋਹਣੀ ਖੂਬਸੂਰਤ ਵਾਦੀ ਹੈ ਤਾਂ ਮਾਸ਼ਾਅੱਲਾ ਅੱਜ ਬਿਜਲੀ ਗਈ ਹੈ ਅਸੀਂ ਪਤਾ
जिला मौसम ख़राब होता है तो बिजली भी चली जाती है, तक ही सकने इस वक्त भाई वाईफाई चेक करने ऑन है जब बंद है, मोटरसाइकिल तक सिज्जी है अंदर खिलाए सन, माशाल्लाह बड़े खूबसूरत मोटरसाइकिल। हाँ चेक करो अज वाईफाई बंद है, अज बंद है, पता बारिशों की वजह से बंद है, बिजली गई है, साढ़े कश्मीर भी चेयर रोला आ विराग जो कोई आवाज झुलती है ना बिजली गिन जाते हैं, तो ये बड़ा दाब है समय समय बिजली पूरी दिन जरा कोई आवाज झुलती है, चक्कर झुलता है, बारिश होती है, बिजली चली जाती है, लिहाजा कोई मतलब है निज़ाम होगा कोई बिजली ना फुल मज़ा फिर अच्छा होता है माशाल्लाह है। चाह भी मनी गई है वो इसी दसने मुर्शी से चाह बनाने पे ना तके थके इस वक्त बिल्ली बैठी हुई है छतरी भी बैठी हुई है। मुर्शी से क्या बनाए दुधपति मुर्शी नाश्ता दुधपति बनाई है। हाँ मुर्शी तो देखो जी दुध पत्ती बनाई है सुखी भुनी दुध पत्ती है देखो रसम है पास आज माशा मुर्शी था पता सुबह कितने उठी हो क्या टाइम होया 11 हो गए जी आ चेक करो जी रस माशाल्लाह ये पैटर का दम कही उठा तो ये अद्धा रह गया ना ना निकालते जाते हैं ना तो दसते हैं तो पता रसा नहीं पूरी नहीं पेनी क्या करा पता नहीं भाई भी सदे हैं तो रसा का पैटर बड़ा खूबसूरत पैटर माशा चाले रस न मुर्शिद बाहर चाह तो भूए च बने मतलब पत्ती छत्ती जी होनी बेह जानी है उपर तो मुर्शिद साहब कमी छिके तो कोई जी नाजरीन साहब ਮੁਰਸ਼ਿਦ ਇਹ ਕਿਹੋ ਜਿਹਾ ਪਾਣੀ ਕਿਸ ਤਰ੍ਹਾਂ ਪਾਉਣੇ ਵਿੱਚ ਲੀਟਰ ਪਾਣੀ ਮੁਰਸ਼ਿਦ ਦੁੱਧ ਪੱਤੀ ਹੁੰਦੀ ਹੈ ਇਹ ਅੱਛਾ ਦੁੱਧ ਪੱਤੀ ਤਾਂ ਹੁੰਦੀ ਹੈ ਬੱਚੇ ਦਿਨ ਰੋਟੀ ਨਹੀਂ ਖਾਂਦੇ ਦੁੱਧ ਪੱਤੀ ਪਿਆ ਲਾ ਅੱਛਾ ਬੱਚੇ ਨਹੀਂ ਖਾਂਦੇ ਬੱਚੇ ਨਫੇ ਕਰਦੇ ਉੱਠਦੇ ਨਹੀਂ ਬੱਚੇ ਤਾਂ ਕੋਈ ਨਾ ਦੇ ਕਿਤੇ ਖੂਬਸੂਰਤ ਚਾਹ ਬਣਦੀ ਹੈ ਬਿਹਤਰੀਨ ਸੁਬਹ ਨਾਸ਼ਤਾ ਕਰ ਸਕਦੇ ਪਤਾ ਹੀ ਆ ਵੀ ਨਾਸ਼ਤਾ ਹੋਣਾ ਅਸਾਂ 1 ਵਜੇ ਕਿਸੇ 2 ਵਜੇ ਕਿਸੇ 3 ਵਜੇ ਉੱਠਦੇ ਹਾਂ ਅਜੇ ਮੈਂ ਤਾਂ ਜਲਦੀ ਤਾਂ ਉੱਠੇ ਹਾਂ ਅਜੇ ਮੀਸ਼ਾ ਕੇ ਰਾਤੀ ਪੁੱਜ ਜਾਣੇ ਨੇ ਨਾਜ਼ਰੀਨ ਫਾਈਨਲ ਚਾਹ ਪੀ ਗਈ ਹੈ ਸਾਰੇ ਬੰਦੇ ਤੱਕ ਹੀ ਸਕਦੇ ਹੋ ਤਾਂ ਉਹ ਮਤਲਬ ਹੈ ਪੱਤੀ ਛੱਤੀ ਹੱਸੀ ਜਿਹੜੀ ਬਾਹਰ ਹੀ ਜਾਸੀ ਤਾਂ ਚਾਹ ਅੰਦਰ ਦਮ ਐਤਕੋ ਜੀ ਫਾਈਨਲ ਚਾਹ ਬਣੀ ਗਈ ਹੈ ਤਾਂ ਕਿਤਨੀ ਖੂਬਸੂਰਤ ਚਾਹ ਹੈ ਮਾਸ਼ਾਅੱਲਾ ਚੱਕਰੋ ਤਾਂ ਇਹ ਨਾਲ ਰਸ ਨਾ ਇਹ ਰਸ ਖਾਸਾ ਮਾਸ਼ਾਅੱਲਾ ਇਸਕੋ ਭੰਨਾ ਪੜਤਾ ਹੈ ਅੱਛੀ ਤਰ੍ਹਾਂ ਵਿਚਕਾਰੋਂ ਇਹ ਭੰਨ ਕੇ ਹੈ ਹੱਥਾਂ ਵਿੱਚ ਡਬਾਇਆ ਦੇਖ ਸਕਦੇ ਨਾ ਜੀ ਬਹੁਤ ਬੜੀ ਖਬਰ ਹੈ ਡਬਾਇਆ ਸ਼ਿਵ ਮੁਰਜ਼ੀ ਦਾ ਇਸਕੀ ਮੈਂ ਅੱਛੀ ਤਰ੍ਹਾਂ ਖਾਧਾ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਪਹਿਲੇ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਬਣ ਜਾਈਏ ਹਰ ਕੂੜਾ ਖਾਓ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਰੋਟੀ ਖਾਓ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਮਾਸ਼ਾਅੱਲਾਹ ਲੱਗਾ ਠੀਕ ਹੈ ਮਗਰ ਦਾ ਕਾਗਜ਼ ਆਹ ਰੱਖੋ ਕਿਹੜੀ ਖੂਬਸੂਰਤ ਜਗ੍ਹਾ ਮਾਸ਼ਾਅੱਲਾਹ
ਬਸ ਕਾਫੀ ਬਾਰਿਸ਼ ਹੋ ਰਹੀ ਹੈ, ਤੈਰ ਰੱਖੀ ਸਕਦੇ ਹੋ। ਮਾਸ਼ਾ ਅੱਲਾ ਘੜਾ ਨਾਲ ਦੁੱਧ ਹੈ, ਚਾਹ ਵੀ ਦੇਸੀ ਹੈ, ਤੱਕੜੋ ਮਾਸ਼ਾ ਅੱਲਾ। ਦੋਸਤੋ ਮੋਟਾ ਰਸ ਹੀ ਖਾਣਾ, ਪਤਲਾ ਰਸ ਹੀ ਖਾਣਾ ਵਾ, ਇਹ ਅਸਾਂ ਨਾਸ਼ਤਾ ਆ ਸੁਬਣਾ ਸੇ ਪਤਾ ਨਾਸ਼ਤਾ ਮਿਲ ਗਿਆ ਕੁਝ ਹੁੰਦਾ ਹੈ ਰਸ ਬਿਸਕੁਟ ਅੱਗੇ ਬਦਲ ਸੀ ਨਾ ਸਿਸਟਮ ਫਿਰ ਗੱਡ ਕੇ ਮਾਸ਼ਾਅੱਲਾ ਜੀ ਚੁੱਕੋ। ਅਤੇ ਪਤਾ ਪੇਟ ਦਾ ਭਰਨਾ ਹੈ ਪੁੱਛ ਪੇੜ ਬਣਨਾ ਨੇ ਹੈ ਮੁਸ਼ਕਿਲ ਵਾਲੇ ਪਰੇਸ਼ਾਨ ਹੋ ਗਏ ਪਤਾ ਨਹੀਂ ਕਿਆ ਵਜ੍ਹਾ ਬਾਰਿਸ਼ ਤੋਂ ਪਰੇਸ਼ਾਨ ਹੋ ਜਾਣੇ ਅੱਛਾ ਮੁਰਸ਼ਿਦ ਬਾਰਿਸ਼ ਪਰੇਸ਼ਾਨ ਹੋ ਜਾਣੇ ਸਾਰਿਆਂ ਭੈਣ ਭਰਾਵਾਂ ਸਾਰਿਆਂ ਸ਼ੁਕਰੀਆ ਸਾਰੇ ਬੰਦੇ ਪੂਰੀ ਪੂਰੀ ਵੀਡੀਓ ਵਾਚ ਕਰਾਇਆ ਮਿਹਰਬਾਨੀ ਸਰ ਸਾਰਿਆਂ ਦੀ।